ਤੇ ਕਿਸੇ ਦਾ ਸੂਟ ਵੀ ਸੜਿਆ ਸੀ, ਮੈਂ ਸੁਣਿਆ ਸੀ, ਪਤਾ ਨੀ ਕਿਹਦਾ ਸੜਿਆ ਸੀ। ਵੇਖੋ ਜੀ ਨੀਮ ਚੋਰੀ ਚੋਰੀ, ਨੀਮ ਚੋਰੀ ਚੋਰੀ ਸਿਗਰਟਾਂ ਪੀ ਰਿਹਾ, ਪੀਣ ਲੱਗਾ ਬਲਕਿ। ਐਵੇਂ ਵੀਡੀਓ ਬਣਾ ਲਈ ਆ ਤੇ ਇਹਨੇ ਸ਼ਾਨ ਨੂੰ ਵੀ ਦੇਣੀ ਹੈ। ਸ਼ਾਨ ਤੇ ਕੀ ਨਾਂ ਆ, ਨੀਮ ਦੋਵੇਂ ਸਿਗਰਟਾਂ ਪੀ ਰਹੇ ਨੇ। ਮਾਰ ਬਣਦੀਆਂ ਮਾਰੋ ਨਾ ਕੈਪਟਨ, ਕੈਪਟਨ ਅੱਛਾ ਕੈਪਟਨ ਕੈਪਟਨ ਕੋਈ ਸਲਾਹ ਦੇ ਇਹਨੂੰ, ਆ ਗਿਆ ਸਿਗਰਟਾਂ ਪੀਣ ਲੱਗ ਪਿਆ। ਨੀਮ ਤੇਰਾ ਵਿਆਹ ਹੋਇਆ, ਤੇਰੀ ਖੈਰ ਆ ਆਪੇ ਬਾਈ। ਸ਼ਾਨ ਤੇਰਾ ਵਿਆਹ ਨੀ ਹੋਣਾ, ਹਾਂ ਕੀ ਆ ਸ਼ਾਨ ਸਰ ਕੈਪਟਨ ਪੀ ਰਿਹਾ, ਤੂੰ ਸ਼ਾਨ ਪੀ ਰਿਹਾ, ਸ਼ਾਨ ਦਾ ਲੇਟ ਹੋਣਾ। ਉਹ ਸ਼ਾਨ ਇੱਕ ਸੂਟੇ ਵਿੱਚ ਹੀ ਕਿੱਡਾ ਵੇਖੋ ਡੁੰਡਲ ਬਣਾ ਹੜਿਆ, ਉਹ ਡੁੰਡਲ 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 ਹੁਣ ਸ਼ੁਰੂ ਤੋਂ ਕਿਤੇ ਵੀ ਆ ਗਏ ਹੋ, ਮੌਸਮ ਦੇ ਵੀ ਆ ਗਏ ਹੈ ਬਾਬਾ ਜੀ, ਸਾਰਿਆਂ ਨੇ ਸਿਆਂ ਸੱਤਾਂ ਇਕੱਠੀਆਂ ਸਿਗਟਾਂ ਸੜੇ ਸੀ, ਮੈਂ ਸੁਣਿਆ ਸੀ, ਪਤਾ ਨੀ ਕਿਹਦਾ ਸੜਿਆ ਸੀ। ਸਜ਼ਾ ਮਿਲ ਗਿਆ ਵੇਖ ਲਾ, ਅਸਲਾਮ ਅਲੈਕੁਮ, ਕਿਵੇਂ ਆ ਸਾਰੇ, ਉਮੀਦ ਆ ਸਾਰੇ ਠੀਕ ਹੋਣਗੇ। ਅੱਜ ਸੁਬਹਾ ਦੀ ਬਾਰਿਸ਼ ਹੋ ਰਹੀ ਸੀ ਅਤੇ ਵਾਹਵਾ ਬਾਰਿਸ਼ ਹੋ ਗਈ ਹੈ, ਤੁਸੀਂ ਦੇਖ ਲਿਆ ਹੋਣਾ ਸੁਰਤ ਹਾਲ। ਅਤੇ ਵਲਾਗ ਵੀ ਕੋਈ ਨਹੀਂ ਇੰਨਾ ਖਾਸ ਬਣਾਇਆ, ਅਤੇ ਮੈਂ ਕਿਹਾ ਚਲੋ ਵਲਾਗ ਬਣਾ ਲੈਂਦੇ ਹਾਂ ਹੁਣ, ਕਿਉਂਕਿ ਹੁਣ ਬਾਰਿਸ਼ ਇਸ ਟਾਈਮ ਰੁਕੀ ਪਈ ਹੈ ਅਤੇ ਫਿਰ ਕੀ ਪਤਾ ਬਾਰਿਸ਼ ਆ ਜਾਵੇ। ਇਸ ਵਾਸਤੇ ਮੈਂ ਹੁਣ ਵਲਾਗ ਬਣਾਉਣਾ ਸ਼ੁਰੂ ਕਰ ਦਿੱਤਾ, ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵਲਾਗ ਨੂੰ ਪੂਰਾ ਵੇਖਣਾ। ਅਤੇ ਤੁਹਾਨੂੰ ਉਮੀਦ ਹੈ ਕਿ ਬਹੁਤ ਹੀ ਅੱਛਾ, ਬਹੁਤ ਹੀ ਮਜ਼ਾ ਆਏਗਾ ਮੇਰੇ ਵਲਾਗ ਦੇ ਵਿੱਚ, ਅਤੇ ਮਿਲਣੇ ਫਿਰ ਤੁਹਾਨੂੰ ਵਲਾਗ ਦੇ ਵਿੱਚ। ਜੀ ਤਲਹਾ ਆ ਰਿਹਾ, ਅਤੇ ਤਲਹਾ ਵੇਖੋ ਵੀਲਿੰਗ ਕਰ ਰਿਹਾ, ਮੈਨੂੰ ਵੀਡੀਓ ਬਣਾਉਣ ਨੂੰ ਕਹਿ ਰਿਹਾ ਸੀ। ਅਤੇ ਮੈਂ ਨਾਲੇ ਵਲੌਗ ਬਣ ਜਾਏਗਾ ਅਤੇ ਨਾਲੇ ਵੀਡੀਓ, ਵੀਲਿੰਗ ਚੈੱਕ ਕਰੋ ਬਸ ਤੁਸੀਂ। ਅਸਲ ਜੇ ਨਾ ਅੱਗੇ ਦਰਖਤ ਹੈ ਅਤੇ ਉਹਦੀਆਂ ਡਾਲੀਆਂ ਡੁਲੀਆਂ ਨੇ, ਅਤੇ ਸਹੀ ਨਹੀਂ ਉਹ ਹੋ ਰਹੀ। ਥੋੜ੍ਹਾ ਅੱਗੇ ਹੋ ਕੇ ਬਣਾਉਂਦੇ ਹਾਂ। ਲਓ ਜੀ ਇਹ ਕਬੂਤਰ ਵੇਖੋ, ਪਤਾ ਨਹੀਂ ਹਵਾਰਾ ਆਏ ਦਾ ਜਾਂ ਕਿਸੇ ਦਾ ਉੱਡੇ ਦਾ, ਇਹ ਮੈਨੂੰ ਲੱਗਦਾ ਕਿਸੇ ਦੇ ਸਾਡੇ ਪਿੰਡ ਦੇ ਕਿਸੇ ਬੰਦੇ ਦਾ ਉੱਡੇ ਦਾ। ਲਓ ਜੀ ਥੋੜ੍ਹਾ ਜਿਹਾ ਸੂਰਜ ਜਾਂ ਸੂਰਜ ਨਿਕਲਿਆ, ਮੈਨੂੰ ਲੱਗਦਾ ਸੂਰਜ ਹੀ ਆ, ਰੋਸ਼ਨੀ ਹੋਈ ਹੈ ਜਾਂ ਮਤਲਬ ਫਿਰ ਬਾਰਿਸ਼ ਆਏਗੀ ਸ਼ਾਇਦ। ਲਓ ਜੀ ਬਾਰਿਸ਼ ਹੋਈ ਹੈ ਅਤੇ ਬਾਰਿਸ਼ ਨੇ ਗਰਾਊਂਡ ਦੇ ਵਿੱਚ ਪਾਣੀ ਪਾਣੀ ਕਰ ਦਿੱਤਾ। ਅੱਗੇ ਇੱਥੇ ਬੱਚੇ ਖੇਡਦੇ ਸੀ ਅਤੇ ਵੀਡੀਓ ਸ਼ੀਡੀਓ ਬਣ ਜਾਂਦੀ ਸੀ, ਅਤੇ ਹੁਣ ਤਾਂ ਪਾਣੀ ਕਿ ਪਾਣੀ ਹੋ ਗਿਆ, ਅਤੇ ਹੁਣ ਵੀਡੀਓ ਕਿਵੇਂ ਬਣਾਉਣੀ ਹੈ ਦੇਖੋ। ਪਾਣੀ ਕਿੰਨਾ ਜ਼ਿਆਦਾ ਹੋ ਗਿਆ ਅਤੇ ਕੀ ਕਰਨਾ ਹੁਣ, ਵੀਡੀਓ ਕਿੱਥੇ ਬਣਾਉਣੀ ਨੇ, ਅਤੇ ਹਾਲੇ ਵੀ ਉੱਥੇ ਬੱਦਲ ਹੋਏ ਪਏ ਨੇ।
ਅੱਜ ਦਾ ਮੌਸਮ ਠੰਡ ਬੜੀ ਹੈ, ਪਰ ਵੀਡੀਓ ਬਣਾਉਣੀ ਸੀ। ਮੈਂ ਬਾਹਰ ਨੂੰ ਆ ਗਿਆ, ਮੈਂ ਕਿਹਾ ਵੀਡੀਓ ਬਣਾਉਣੀ ਹੈ, ਚਲੋ ਬਾਹਰ ਨੂੰ ਚੱਲਦੇ ਹਾਂ। ਅਤੇ ਨਾਲੇ ਤੁਹਾਡੇ ਨਾਲ ਇੱਕ ਹੋਰ ਗੱਲ ਵੀ ਸ਼ੇਅਰ ਕਰਨੀ ਸੀ ਅਤੇ ਤਾਂ ਵੀ ਆ ਗਿਆ। ਨਾਲੇ ਇੱਕ ਕੰਮ ਹੋਰ ਕਰਨਾ ਸੀ, ਦੋ ਤਿੰਨ ਕੰਮ ਵਾਸਤੇ ਸਮਝ ਆਇਆ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਵੀਡੀਓ ਬਣਾਉਣੀ ਹੈ ਨਾ, ਵੀਡੀਓ ਬਣਾਉਣ ਵਾਸਤੇ ਆਇਆ ਅਤੇ ਹੁਣ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਨਾਲ। ਉਸ ਤੋਂ ਬਾਅਦ ਮੈਂ ਫੇਸਬੁੱਕ 'ਤੇ ਪੇਜ ਬਣਾਇਆ, ਉਹਦੇ 'ਤੇ ਵੀਡੀਓ ਅਪਲੋਡ ਕਰਦਾ ਪਿਆ ਸੀ। ਘਰ ਅਪਲੋਡ ਹੀ ਨਹੀਂ ਹੁੰਦੀ ਪਈ ਅਤੇ ਹੁਣ ਅਪਲੋਡ ਹੋ ਗਈ ਹੈ ਅਤੇ ਸਾਰੇ ਜਣੇ ਮੇਰੀ ਫੇਸਬੁੱਕ ਪੇਜ ਨੂੰ ਵੀ ਜਾ ਕੇ ਫੋਲੋ ਕਰ ਦਿਓ ਅਤੇ ਲਾਈਕ ਕਰ ਦਿਓ। ਅਤੇ ਜਿਹਨਾਂ ਦਾ ਪੈਕੇਜ ਨਹੀਂ ਨਾ ਹੁੰਦਾ ਹੁਣ ਫੇਸਬੁੱਕ 'ਤੇ ਇਹ ਯੂਟਿਊਬ 'ਤੇ, ਅਤੇ ਜਿਹਨਾਂ ਦਾ ਫੇਸਬੁੱਕ ਪੈਕੇਜ ਹੁੰਦਾ ਹੁਣ ਉਹ ਮੇਰੇ ਵੀਡੀਓ ਫੇਸਬੁੱਕ 'ਤੇ ਜਾ ਕੇ ਵੀ ਇੰਜੋਇਮੈਂਟ ਕਰ ਸਕਦੇ ਨੇ, ਠੀਕ ਹੈ ਨਾ। ਅਤੇ ਇਸ ਵਾਸਤੇ ਸਾਰੇ ਜਣੇ ਮੇਰਾ ਵੀ ਜਾ ਕੇ ਅਤੇ ਫੋਲੋ ਕਰ ਦਿਓ ਅਤੇ ਲਾਈਕ ਕਰ ਦਿਓ। ਅਤੇ ਤੁਹਾਨੂੰ ਮੇਰੇ ਵੀਡੀਓ ਹੁਣ ਰੋਜ਼ਾਨਾ ਯੂਟਿਊਬ 'ਤੇ ਵੀ ਮਿਲ ਕਰਨਗੀਆਂ ਅਤੇ ਉਸ ਤੋਂ ਇਲਾਵਾ ਫੇਸਬੁੱਕ ਦੇ ਪੇਜ 'ਤੇ ਵੀ ਮਿਲ ਕਰਨਗੀਆਂ। ਹਾਲੇ ਸੈਟਿੰਗ ਸੁਟਿੰਗ ਸ਼ਾਇਦ ਰਹਿੰਦੀ ਹੈ ਜੋ ਵੀ ਸਿਸਟਮ ਹੈ, ਪਰ ਮੈਂ ਫੇਸਬੁੱਕ 'ਤੇ ਪੇਜ ਬਣਾ ਲਿਆ। ਉਸ ਤਰ੍ਹਾਂ ਜਿੰਨੀ ਵੀ ਇਨਫੋਰਮੇਸ਼ਨ ਮਿਲੇ ਕਰੇਗੀ ਨਾ ਸੈਟਿੰਗ ਦੇ ਬਾਰੇ 'ਚ, ਉਹ ਫਿਰ ਮੈਂ ਕਰਦਾ ਰਹਾ ਕਰਾਂਗਾ। ਅਤੇ ਤੁਸੀਂ ਬਸ ਜਾ ਕੇ ਮਿਹਰਬਾਨੀ ਕਰੋ, ਫੋਲੋ ਕਰ ਦਿਓ ਅਤੇ ਮਿਲਦੇ ਹਾਂ ਫਿਰ ਤੁਹਾਨੂੰ ਉਸ ਪੇਜ 'ਤੇ ਉਸ ਵੀਡੀਓ 'ਚ ਜਿਹੜੀ ਮੈਂ ਅਪਲੋਡ ਕੀਤੀ, ਜਾ ਕੇ ਉਹਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ, ਠੀਕ ਹੈ ਨਾ। ਦੇਖੋ ਧੁੰਦ ਪਈ ਗਿਆ ਅਤੇ ਮੌਸਮ ਪੂਰਾ ਬਦਲਾਲਾ ਹੋ ਜਾਂਦਾ ਠੰਡਾ ਮੌਸਮ ਦਾ। ਉਹਦੇ ਪਰਿੰਦੇ ਵੀ ਨਹੀਂ ਕਿਸੇ ਖਾਸ ਲੱਭਦੇ ਪਏ, ਪਰ ਉਹ ਹੈ ਜੇ ਸਾਹਮਣੇ। ਅਤੇ ਇਹ ਸੀ ਮੇਰਾ ਅੱਜ ਦਾ ਵਲੋਗ ਅਤੇ ਉਮੀਦ ਹੈ ਤੁਹਾਨੂੰ ਬਹੁਤ ਹੀ ਅੱਛਾ ਲੱਗਾ ਆ, ਬਹੁਤ ਹੀ ਮਜ਼ਾ ਤੁਹਾਨੂੰ ਆਇਆ ਅਤੇ ਮਜ਼ਾ ਆਇਆ ਜਾਂ ਅੱਛਾ ਲੱਗਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਕੱਲ੍ਹ ਫਿਰ ਤੁਹਾਨੂੰ ਮਿਲਦੇ ਹਾਂ, ਕੱਲ੍ਹ ਵੈਸੇ ਵੀ ਬਾਰਿਸ਼ ਹੈ ਅਤੇ ਬਾਰਿਸ਼ ਵਿੱਚ ਵੇਖੋ ਕੀ ਸੂਰਤ ਹਾਲ ਹੁੰਦੀ ਹੈ। ਬੰਦਾ ਐਵੇਂ ਆ ਕਿ ਕੱਲ੍ਹ ਬੜਾ ਚੰਗਾ ਹੋਏਗਾ, ਯੇ ਹੋਏਗਾ, ਵੋ ਹੋਏਗਾ, ਹਾਲੇ ਤਾਂ ਕੋਈ ਪਤਾ ਨਹੀਂ। ਅਤੇ ਮਿਲਣਾ ਫਿਰ ਤੁਹਾਨੂੰ ਵਲੋਗ ਦੇ ਵਿੱਚ, ਕੱਲ੍ਹ ਵਾਲਾ ਵਲੋਗ ਵੀ ਪੂਰਾ ਵੇਖਿਓ ਅਤੇ ਉਮੀਦ ਹੈ ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ ਉਹ ਵਾਲਾ ਵਲੋਗ ਵੀ। ਅਤੇ ਓਕੇ ਬਾਏ। ਪਰਿੰਦੇ ਜਾ ਰਹੇ ਸੀ, ਮੈਂ ਕਿਹਾ ਚਲੋ ਉਹਨਾਂ ਦੀ ਵੀਡੀਓ ਵੀ ਬਣਾ ਲੈਂਦੇ ਹਾਂ ਜਾਂਦੀ ਵਾਰ ਦੀ।